ਹੁਣ ਆਪਾਂ ਹੋ ਗਏ ਵਾਪਸ ਰਵਾਨਾ। ਕਿਸੇ ਬਾਈ ਨੇ ਭੰਨਿਆ ਸੀ ਆ ਫਾਰਮ ਟਰੈਕ ਦਾ ਪੜਾਕਾ, ਬਾਈ ਨਹੀਂ ਪਾਇਆ ਸੀ ਆ। ਥਾਂ ਥਾਂ ਰੋਕ ਹੀ ਜਾਂਦੇ ਨੇ ਸਾਰੇ ਭਰਾ ਬਾਈ, ਧੰਨਵਾਦ ਬਾਈ, ਬਹੁਤ ਪਿਆਰ ਦੇ ਰਹੇ ਨੇ ਰਸਤੇ 'ਚ ਸਾਰੇ ਭਰਾ, ਆਪਾਂ ਨੂੰ ਰੋਕ ਹੀ ਜਾ ਰਹੇ ਨੇ। ਆਪਣੇ ਏਰੀਏ 'ਚ ਆ ਕੇ ਫਿਰ ਰੋਕ ਲਿਆ ਸੀ ਬਾਈਆਂ ਨੇ। ਲੈ ਵੀ ਬਾਬੇ ਹੁਣ ਆਪਾਂ ਹੋ ਗਏ ਵਾਪਸ ਰਵਾਨਾ, ਅਤੇ 4 ਦਿਨ ਲੱਗ ਗਏ ਬਾਈ ਫਤਿਹਗੜ੍ਹ ਸਾਹਿਬ। ਅੱਜ ਟ੍ਰੈਫਿਕ ਜੀ ਜਮਾਂ ਰੈਲੀ ਹੋ ਗਈ, ਦੇਖੋ ਤਾਂ ਆਪਾਂ ਟ੍ਰੈਫਿਕ 'ਚ ਨਹੀਂ ਜਾਂਦੇ ਹੁੰਦੇ ਨਹੀਂ, ਆਪਾਂ ਤੀਜੇ ਦਿਨ ਵੀ ਮੁੜ ਜਾਈਏ, ਇੱਕ ਦਿਨ ਆਪਾਂ ਰਹਿ ਜਾਂਦੇ ਹੁੰਦੇ ਵੀ ਚੱਲ ਟ੍ਰੈਫਿਕ 'ਚ ਔਖਾ ਜਿਹਾ ਲੱਗਦਾ, ਥੋੜ੍ਹਾ ਜਾਮ ਲੱਗ ਜਾਂਦੇ ਨੇ। ਕਹਾਂ ਬਾਬਿਓ ਸਹੀ ਆ, ਓਕੇ ਤਾਂ ਵੀ ਮਿੱਤਰੋ ਆਪਣੇ ਕੋਲ ਬਾਈ ਦਵਿੰਦਰ ਆਇਆ ਸੀ ਆ, ਅਤੇ ਲੰਘਿਆ ਜਾਂਦਾ ਸੀ ਆ, ਬਾਈ ਆ ਗਿਆ, ਅਤੇ ਇਸੇ ਬਾਈ ਨੇ ਭੰਨਿਆ ਸੀ ਆ ਫਾਰਮ ਟਰੈਕ ਦਾ ਪੜਾਕਾ, ਬਾਈ ਨਹੀਂ ਪਾਇਆ ਸੀ ਆ। ਘੈਂਟ ਤਿਆਰ ਕਰਾ ਗਿਆ ਮੋਹਾਲੀ ਟੋਜਨ ਗਰੁੱਪ ਵਾਲਿਆਂ ਦਾ। ਲੰਗਰ ਦੀ ਸੇਵਾ ਲਾਰ ਕੀਤੀ ਬਾਈਆਂ ਨੇ, ਬਾਈ ਰੁਕ ਕੇ ਗਏ ਨੇ ਆਪਣੇ ਕੋਲ। ਲੈ ਵੀ ਬਾਬਿਓ ਬਾਹਰ ਆ ਗਏ ਸੀ ਪਟਿਆਲੇ, ਅਸੀਂ ਪਹੁੰਚਣ ਵਾਲੇ ਹਾਂ, ਅਤੇ ਰਸਤੇ 'ਚ ਰੁਕੇ ਸੀਗੇ, ਕਹਿੰਦੇ ਰੀਲਾਂ ਰੂਲਾਂ ਬਣਾ ਲਈਏ, ਰੀਲਾਂ ਬਣਾ ਲਈਆਂ, ਟੋਕਰ ਨੇ ਘੈਂਟ ਉਹ ਫੋਟੋਗ੍ਰਾਫਰ ਆਪਣਾ, ਵਧੀਆ ਰੀਲਾਂ ਬਣਾਈਆਂ ਨੇ ਮੁੰਡੇ ਨੇ, ਅਤੇ ਹੁਣ ਚੱਲੇ ਬਾਈ ਦੁੱਖ ਨਿਵਾਰਨ ਰੁਕਾਂਗੇ, ਰੁਕਾਂਗੇ ਦੁੱਖ ਨਿਵਾਰਨ ਸਾਹਿਬ ਰੁਕਣਾ ਪਟਿਆਲੇ, ਅਤੇ ਹੁਣ ਚੱਲੇ ਚੱਲੀਏ। ਚਲੋ ਮੀਂਹ ਆ ਗਿਆ, ਨਾਲੇ ਮੌਸਮ ਖਰਾਬ ਹੋ ਗਿਆ, ਕਣੀਆਂ ਜੀ ਆ ਗਈਆਂ ਦੇਖੋ, ਪਰ ਇਹ ਕਹਿੰਦੇ ਕਹਿੰਦੇ ਕੋਈ ਚੱਕਰ ਨਹੀਂ ਹੈਗਾ ਮੀਂਹ ਦਾ, ਤਾਂ ਕਹਿੰਦੇ ਕਮਰਾ ਤਾਂ ਨਾਲ ਲਈ ਫਿਰਦੇ ਆਪਾਂ, ਚਾਹ ਉੱਤਰ ਕੇ ਉਹ 'ਚ ਜਾ ਵੜਾਂਗੇ ਕਮਰੇ 'ਚ। ਚਲੋ ਭਾਈ ਮਿਲਦੇ ਹਾਂ, ਲੋਕੇਸ਼ਨ ਹੀ ਬਹੁਤ ਘੈਂਟ ਆ, ਰੀਲਾਂ ਹੀ ਬਹੁਤ ਘੈਂਟ ਆਈਆਂ ਨੇ। ਮਿੱਤਰੋ ਯਾਰ ਲੰਗਰ ਲਾਰ ਕੇ ਸੀ ਬਾਈਆਂ ਨੇ, ਰੋਕ ਲਿਆ ਧੱਕੇ ਨਾਲੇ, ਕਹਿੰਦੇ ਫੋਟੋਆਂ ਫੋਟੋਆਂ ਖਿੱਚਣੀਆਂ ਨੇ, ਅਤੇ ਬਾਈ ਉਹਦੀ ਫੋਟੋਆਂ ਫੋਟੋਆਂ ਕਰੀ ਜਾਂਦੇ ਆ, ਧੱਕੇ ਨਾਲੇ ਰੋਕ ਲਿਆ ਬਾਈਆਂ ਨੇ, ਵੈਸੇ ਖਾਣਾ ਪੀਣਾ ਕੁਛ ਨਹੀਂ ਸੀ, ਬਾਈਆਂ ਨੇ ਚਾਹ ਪਾ ਤੀ, ਫਿਰ ਫੋਟੋਆਂ ਕਰਨੀਆਂ ਨੇ ਕਹਿੰਦੇ ਬਾਈ। ਬਾਈ ਬਾਲਾ ਪਿਆਰ ਮਿਲਿਆ ਯਾਰ ਫਤਿਹਗੜ੍ਹ ਸਾਹਿਬ ਤੋਂ, ਲਾ ਲਓ ਵੀ 4-5 ਘੰਟੇ ਹੋ ਗਏ ਚੱਲਿਆਂ ਨੂੰ, ਥਾਂ ਥਾਂ ਰੁਕ ਹੀ ਜਾਂਦੇ ਨੇ ਸਾਰੇ ਭਰਾ ਬਾਈ, ਧੰਨਵਾਦ ਬਾਈ, ਬਹੁਤ ਪਿਆਰ ਦੇ ਰਹੇ ਨੇ ਰਸਤੇ 'ਚ ਸਾਰੇ ਭਰਾ, ਆਪਾਂ ਨੂੰ ਰੁਕ ਹੀ ਜਾ ਰਹੇ ਨੇ। ਜਾਂਦੇ ਹੋਏ ਵੀ ਬਹੁਤ ਲੇਟ ਪਹੁੰਚੇ ਸੀ ਆਪਾਂ, ਅਤੇ ਹੁਣ ਵੀ ਆਪਾਂ ਲੇਟ ਹੀ ਪਹੁੰਚਣਾ ਪਿੰਡ। ਲੈ ਵੀ ਮਿੱਤਰੋ ਆਪਾਂ ਰੁਕ ਗਏ ਸੀ ਬਾਈ ਪਟਿਆਲੇ ਦੁੱਖ ਨਿਵਾਰਨ ਗੁਰਦੁਆਰੇ 'ਚ, ਅਤੇ ਹੁਣ ਇੱਥੇ ਮੱਥਾ ਟੇਕਣਾ ਹੈਗਾ, ਅਤੇ ਸਾਰੇ ਰੁਕ ਕੇ ਜਾਂਦੇ ਆ ਬਾਈ ਜਿਹੜੇ ਇੱਧਰ ਆਉਂਦੇ ਆ ਪਟਿਆਲੇ ਨੂੰ, ਆਹ ਦੇਖੋ ਸਾਰੇ ਟਰੈਕਟਰ ਖੜ੍ਹੇ ਹੈਗੇ, ਜਿਹੜੇ ਸਰਹੰਦ ਤੋਂ ਵਾਪਸ ਆਉਂਦੇ ਟਰੈਕਟਰ ਇੱਥੇ ਰੁਕ ਕੇ ਜਾਂਦੇ ਆ, ਅਤੇ ਸਾਰੇ ਹੁਣ ਮੱਥਾ ਟੇਕ ਕੇ ਚੱਲਾਂਗੇ। ਉਹ ਵੀ ਮਿੱਤਰੋ ਮਹਾਰਾਜ ਦੇ ਦਰਸ਼ਨ ਕਰ ਲਿਆ, ਅਤੇ ਹੁਣ ਪ੍ਰਸ਼ਾਦ ਲੈ ਕੇ ਵਾਪਸ ਚੱਲਦੇ ਹਾਂ ਬਾਈ। ਕਿਉਂ ਦੇ ਹੋਲ ਮਿਲਦਾ ਸਕੂਨ ਬਾਈ? ਲੈ ਵੀ ਮਿੱਤਰੋ ਗੁਰਦੁਆਰੇ 'ਚ ਅਸੀਂ ਦਰਸ਼ਨ ਕਰਕੇ ਬਾਹਰ ਆ ਗਏ, ਅਤੇ ਹੁਣ ਯਾਰ ਪਿੰਡ ਨੂੰ ਚੱਲੇ ਹਾਂ, ਲੇਟ ਵੀ ਵਾਹਵਾ ਹੋ ਗਏ ਕਿਉਂਕਿ ਟਿਕਾਈ ਨਾਲੇ ਆ ਰਹੇ ਸੀ ਹੌਲੀ ਹੌਲੀ, ਅਤੇ ਬਾਕੀ ਸਾਰੇ ਲੱਖਾਂ ਇਹਨੂੰ ਦਿਖਾਉਣਾ ਜ਼ਰੂਰੀ ਆ। ਚਲੋ ਬਾਈ ਮਿੱਤਰੋ ਵਧੀਆ ਸੁੱਖ ਸ਼ਾਂਤੀ ਨਾਲ ਆਪਾਂ ਬਈ ਯਾਤਰਾ ਕਰਿਆ ਇਹ ਸ੍ਰੀ ਫਤਿਹਗੜ੍ਹ ਸਾਹਿਬ ਦੀ। ਫਿਰ ਰੋਕ ਲਿਆ ਸੀ ਬਾਈਆਂ ਨੇ ਲੰਗਰ 'ਤੇ, ਧੱਕੇ ਨਾਲੇ ਰੋਕ ਲਾਉਂਦੇ ਨੇ ਯਾਰ। ਮਿਊਜ਼ਿਕ ਸਿਸਟਮ ਦੇਖਣ ਆ ਰਹੇ ਨੇ ਸਾਰੇ। ਮਿੱਤਰੋ ਆਪਾਂ ਪਹੁੰਚ ਗਏ ਬਈ ਪਾਤਣਾ, ਬਾਬੇ ਦੀ ਕਿਰਪਾ ਨਾਲ ਸਹੀ ਸਲਾਮਤ ਆਪਾਂ ਵਾਪਸ ਆ ਗਏ। ਵੈਸੇ ਵੀ ਬਾਈ ਆਪਾਂ ਰੇਸ ਰੂਸ ਖੋਲੀ ਨਹੀਂ ਹੋਈ, ਤੇ ਆਪਾਂ ਪਿਆਰ ਨਾਲ ਆਇਆ, ਤੇ ਬਾਬੇ ਦੀ ਕਿਰਪਾ ਨਾਲ ਸਹੀ ਸਲਾਮਤ ਆਪਾਂ ਵਾਪਸ ਪਹੁੰਚ ਗਏ। ਟਰਾਲੀ ਕੱਢਤੀ ਤੇ ਟਰੈਕਟਰ ਲਾਤਾ ਆਪਾਂ ਨੇ ਅੰਦਰ।
9 बज गया, 9 बजे पहुँच गए आप बई। रास्ते च बई बड़ा प्यार दिता भरावान ने, जेडे भरावान मिल नहीं हो बई सॉरी यार। तो की हाल बाबे, आप पहुँच गए बई घरे, बाबे की कृपा नाल आप सही सलामत तो पहुँच गए। तो बई जेडे भरावान मिलया नहीं गया यार सॉरी। तो काफ़ी भरावान ने तो फोन कर ले कर करके टाइम ले लिया, असी मिल के गए ने कई भरा कर ले ट्रैक्टर नाल उत्थे फतेहगढ़ साहब फोटो करा के चल गए। जिन्होंने मिल नहीं हो बई सॉरी यार, कदे फिर मिलेंगे जे रब ने मेल कराए। तो सही सलामत तो बई पहुँच गए आप, जिन्होंने पूरा ब्लॉग देखा धन्यवाद बई, लव यू।